ਹੈ ਕਬੱਡੀ ਦਾ ਸ਼ੋਅ ਮੈਚ ਹੋਣਾ, ਤੁਸੀਂ ਦੇਖ ਕੇ ਜਾਣਾ। ਹਾਂਜੀ ਗਰੇਵਾਲ ਸਾਹਿਬ, ਲਓ ਜੀ ਫਰਮਾਇਸ਼ ਹੈ ਸਾਡੇ ਸਰਕਾਰ ਦੀ। ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਗਾ ਦਿਓ ਭਾਜੀ ਕਨਵਰ ਵੀਰ ਜੀ ਵਾਸਤੇ, ਕਿਉਂਕਿ ਇਹਨਾਂ ਨੇ ਆਪਣੇ ਸਮੇਂ ਵਿੱਚ ਮੈਨੂੰ ਸਮਾਂ ਦਿੱਤਾ। ਸੋ ਇੱਕ ਗੱਲ ਕਹਿਣੀ ਚਾਹਾਂਗੀ ਸਾਧ ਸੰਗਤ ਜੀ, ਵੀਰ ਜੀ ਮੈਂ ਜਾਣਦੀ ਸਾਰੀ ਦੁਨੀਆ ਪੈਸੇ ਪਿੱਛੇ ਭੱਜਦੀ ਹੈ, ਤੇ ਤੁਸੀਂ ਜਿੰਨੇ ਮੈਨੂੰ ਦੇਤੇ ਨਾ ਉਹਨੇ ਮੇਰੇ ਲਈ ਬਹੁਤ ਨੇ, ਪਰ ਮੈਨੂੰ ਇੱਕ ਗੱਲ ਹੋਰ ਵੀ ਪਤਾ, ਇਹ ਜਿਹੜਾ ਪੈਸਾ ਇਹ ਨਾ ਬੜਾ ਔਖਾ ਨਿਕਲਦਾ ਕਿਸੇ ਦਾ ਖਾਧਾ ਹੋਇਆ, ਜਿਹੜਾ ਤੁਹਾਡਾ ਕਿਸਾਨਾਂ ਦਾ ਕਿਸੇ ਨੇ ਪੈਸਾ ਖਾਧਾ ਉਹਨਾਂ ਦਾ ਵੀ ਬੜਾ ਔਖਾ ਨਿਕਲਣਾ, ਇਸ ਕਰਕੇ ਮੈਂ ਗਾ ਕੇ ਹੀ ਜਾਣਾ, ਮੈਂ ਇੱਦਾਂ ਪੈਸੇ ਨਹੀਂ ਲੈਂਦੀ। ਸੋ ਪਰ ਫਿਰ ਵੀ ਮੇਰੇ ਵੀਰ ਦਾ ਮੈਨੂੰ ਤੋਹਫਾ ਹੈ, ਮੈਨੂੰ ਬਹੁਤ ਬਹੁਤ ਧੰਨਵਾਦ ਹੈ। ਖਾਲੀ ਨੀ ਮੁੜਿਆ, ਤੇ ਜਦੋਂ ਮਾਈ ਰੂੜੀ ਖਾਲੀ ਜਾ ਰਹੀ ਸੀ ਨਾ, ਤੇ ਸਾਧ ਸੰਗਤ ਜੀ ਗੌਸ ਪਾਕ ਸਰਕਾਰ ਰਸਤੇ ਵਿੱਚ ਮਿਲੇ ਨੇ, ਤੇ ਪਤਾ ਕੀ ਪੈ ਕਹਿੰਦੇ ਨੇ, ਕੀ ਪੈ ਦਿਲਾਸਾ ਦਿੰਦੇ ਨੇ ਮਾਂ ਨੂੰ। ਲੇ ਲੇ
ਆਟਾ ਲੋਕਾਂ ਦਾ ਬੜਾ ਔਖਾ ਨਿਕਲੇ, ਪੈਸਾ ਲੋਕੋ ਖਾਧਾ ਲੋਕਾਂ ਦਾ। ਸੱਚੀ ਗੱਲ ਸੁਣਾਵਾਂ ਮੈਂ ਇੱਕ ਕਹੀ ਸਿਆਣਿਆਂ ਦੀ, ਨਾ ਕਦੇ ਹੁੰਗਾਰਾ ਦਈਏ ਲੜਾਈ ਵਿੱਚ ਨਿਆਣਿਆਂ ਦੀ। ਮਾਰ ਜਾਂਦਾ ਹੀ ਕੀਤਾ ਅਕਸਰ ਵਾਧਾ ਲੋਕਾਂ ਦਾ, ਬੜਾ ਔਖਾ ਨਿਕਲੇ ਲੋਕੋ ਪੈਸਾ ਖਾਧਾ ਲੋਕਾਂ ਦਾ। ਉਹ ਸੌਖਾ ਕੋਈ ਨੀ ਹੁੰਦਾ ਵੀਰੋ, ਤੁਹਾਡੇ ਵਾਸਤੇ ਕਹਿੰਦੀ ਆ ਆਪਣੀ ਜ਼ਿੰਦਗੀ ਨੂੰ ਐਵੇਂ ਨਾ ਜਾਇਆ ਕਰੋ, ਕਿਸੇ ਦੇ ਮਗਰ ਨਾ ਲੱਗਿਆ ਕਰੋ। ਉਹ ਸੌਖਾ ਕੋਈ ਨੀ ਹੁੰਦਾ ਰਸਤਾ ਮੰਜ਼ਲ ਪਾਉਣੇ ਦਾ, ਮਹਿਲ ਵੇਖ ਕੇ ਸੌਖਾ ਕੋਈ ਨੀ ਹੁੰਦਾ ਰਸਤਾ ਮੰਜ਼ਲ ਪਾਉਣੇ ਦਾ। ਕੀ ਫਾਇਦਾ ਏ ਮਹਿਲ ਵੇਖ ਕੇ ਕੁੱਲੀ ਢਾਉਣੇ ਦਾ, ਉਹ ਮਗਰ ਕਿਸੇ ਦੇ ਲਾਕੇ ਮਾੜੇ ਰਸਤੇ ਪਈਏ ਨਾ, ਜੇ ਨਾ ਬਣਦੀ ਹੋਵੇ ਗੱਲ ਕਦੇ ਵੀ ਪੰਗਾ ਲਈਏ ਨਾ। ਉਹ ਦੁਨੀਆ ਉੱਤੇ ਮਿਲਦਾ ਏ ਨਸ਼ਾ ਉੱਪਰੋਂ ਕਿਰਦਾ ਨਹੀਂ, ਤੇ ਮਾਂ ਦੀ ਕੁੱਖ ਦੇ ਵਿੱਚੋਂ ਤੇ ਕੋਈ ਖਾਣਾ ਸਿੱਖਦਾ ਨਹੀਂ। ਆਹ ਗੱਲ ਕਰਨ ਵੇਲੇ ਤਾਂ ਕੁੱਝ ਨਹੀਂ ਵਹਿੰਦੀ ਏ ਦੁਨੀਆ, ਫਿਰ ਕਿਉਂ ਮੁੰਡਿਆਂ ਨੂੰ ਮਾੜਾ ਆਖਰ ਕਹਿੰਦੀ ਏ ਦੁਨੀਆ। ਸੋ ਬਹੁਤ ਬਹੁਤ ਧੰਨਵਾਦ ਹੈ। ਹੈਲੋ ਹੈਲੋ, ਹਾਂਜੀ ਲਓ ਜੀ, ਜ਼ਰੂਰੀ ਬੇਨਤੀ ਹੈ ਕਿ ਇੱਧਰ ਜਿੱਧਰ ਗੱਡੀਆਂ ਖੜੀਆਂ ਹੈ, ਬੇਨਤੀ ਹੈ ਸਾਡੇ ਭਰਾਵਾਂ ਨੂੰ ਗੱਡੀਆਂ ਵਾਲਿਆਂ ਨੂੰ ਕਿ ਸਾਈਡ 'ਤੇ ਕਰ ਦਿਉ, ਕਿਉਂਕਿ ਕਬੱਡੀ ਦਾ ਸ਼ੋਅ ਮੈਚ ਹੋਣਾ ਹੈ। ਲਓ ਜੀ, ਸਾਡਾ ਵੀਰ ਜੀ ਸਟਾਰ ਨੂੰ ਹੁਣ ਸਨਮਾਨ ਕਰਨਾ ਹੈ ਨਗਰ ਪੰਚਾਇਤ ਨੇ। ਆਓ ਜੀ, ਭੀੜ ਭਾਜੀ ਘੱਟ ਰੱਖੋ ਪਲੀਜ਼, ਬੇਨਤੀ ਹੈ ਸਟੇਜ 'ਤੇ ਭੀੜ ਘੱਟ ਰੱਖੋ, ਬੇਨਤੀ ਹੈ। ਲਓ ਜੀ, ਸਾਡਾ ਵੀਰ